ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਹਾਂਜੀ, ਕੀ ਹਾਲ ਆ? ਠੀਕ ਠਾਕ ਸਾਰੇ? ਉਮੀਦ ਕਰਨਾ ਕਿ ਸਾਰੇ ਠੀਕ ਹੀ ਹੋਵੋਗੇ। ਤਾਂ ਅੱਜ ਹੈਗਾ ਜੀ ਵੱਡੇ ਹੈਗਾ ਜੀ ਮੇਰੇ ਪੋਤੇ ਦਾ, ਮਨਜਿੰਦਰ ਸਿੰਘ। ਅਤੇ ਅੱਜ ਉਹਨਾਂ ਨੇ ਵੱਡੇ ਮਨਾਉਣਾ ਅਤੇ ਆਪਣੇ ਗੁਆਂਢੀ ਆ, ਅਤੇ ਆਪਾਂ ਜਾਣਾ ਅੱਜ ਵੱਡੇ 'ਤੇ। ਮੈਂ ਤਾਂ ਤਿਆਰੀ ਖਿੱਚ ਲਈ, ਇੱਧਰ ਸਿਮੂ ਦੀ ਤਿਆਰੀ ਹੋ ਰਹੀ ਹੈ। ਹੈਂ, ਆਹ ਦੇਖੋ ਸਿਮਨ ਕੀ ਕਰ ਰਹੀ, ਪੋਨੀ। ਅੱਛਾ, ਪਫ ਬਣ ਰਿਹਾ। ਆਹ ਸਿਮੂ ਦੀ ਸਹੇਲੀ ਦੀਪ ਵੀ ਬੈਠੀ ਹੈ ਇੱਧਰ। ਦੀਪ ਤਾਂ ਤਿਆਰ ਹੋ ਕੇ ਆ ਗਈ ਹੈ। ਪਹਿਲਾਂ ਗਿਆ ਜੀ ਕਿਸ਼ਮਪੁਰਾ ਵੱਡੇ ਦਾ ਗਿਫਟ ਲੈਣ, ਅਤੇ ਸਿਮੂ ਦੀ ਲਿਆਂਦੀ ਆ ਜੁੱਤੀ। ਇੱਧਰ ਸੰਦੀਪ ਵੀ ਆ ਗਿਆ। ਸਤਿ ਸ਼੍ਰੀ ਅਕਾਲ। ਸੰਦੀਪ ਵੀ ਤਿਆਰ ਹੋਇਆ ਫਿਰਦਾ, ਚਮਕਦਾ ਫਿਰਦਾ। ਸੰਦੀਪ ਟਿਊਸ਼ਨ ਪੜ੍ਹਾ ਆ, ਕਹਿੰਦਾ ਹੁਣ ਆਪਾਂ ਸਾਰੀ ਦਿਹਾੜੀ ਵੱਡੇ ਹੀ ਵੇਖਣਾ। ਅਤੇ ਚਲੋ ਚੱਲਦੇ ਹਾਂ ਫਿਰ, ਦਿਖਾਉਂਦੇ ਹਾਂ ਤੁਹਾਨੂੰ ਉੱਥੋਂ ਦਾ ਮਾਹੌਲ, ਨਾਲ ਹੀ ਆਪਣੇ ਗੁਆਂਢ ਤਾਇਆ ਜੀ ਦਾ ਘਰ ਆ। ਤਾਇਆ ਜੀ ਦੇ ਪੋਤੇ ਦਾ ਹੈਗਾ ਵੱਡੇ। ਚਲੋ ਚੱਲਦੇ ਫਿਰ। ਲਓ ਜੀ, ਸਿਮੂ ਅਤੇ ਦੀਪ ਬਿਲਕੁਲ ਐਂ ਤਿਆਰ ਹੋ ਕੇ ਖੜੀਆਂ ਹੁਣ, ਹੈਂ ਪੂਰੀ ਤਿਆਰੀ 'ਚ। ਕੀ ਆ ਗਿਫਟ? ਆਹ ਹੈਗੇ ਆ ਵੱਡੇ ਗਿਫਟ ਜਿਹੜੇ ਆਪਾਂ ਉੱਥੇ ਦੇਣੇ ਆ। ਆਪਾਂ ਚੱਲ ਪਏ ਹਾਂ ਹੈਪੀ ਵਾਲੇ ਵੱਡੇ 'ਤੇ। ਇੱਧਰ ਅਵਨੀਤ ਪ੍ਰਨੀਤ ਵਲੋਗ ਦਾ ਘਰ ਵੀ ਹੈ, ਉਹਨਾਂ ਦੀ ਵੀ ਤਿਆਰੀ ਹੋ ਰਹੀ ਇੱਧਰ। ਉਹ ਸਾਹਮਣੇ ਗੁਆਂਢੀ ਵੀ ਜਾ ਰਹੇ ਆ। ਇੱਧਰ ਹੈਪੀ ਵੀ ਕਹਿੰਦਾ ਆ ਗਿਆ ਲੈਬ ਤੋਂ ਛੁੱਟੀ ਕਰਕੇ। ਸੰਦੀਪ, ਉਹ ਆ ਜਾਓ ਬਾਈ, ਚੱਲੀਏ। ਲਓ ਜੀ, ਉਹ ਹੈਗਾ ਸਾਹਮਣੇ ਘਰ। ਇਹ ਸਾਡਾ ਛੋਟਾ ਜਿਹਾ ਪਿੰਡ, ਇੱਕ ਘਰ ਇੱਧਰ, ਤਿੰਨ ਘਰ ਇੱਧਰ ਆ ਅਤੇ ਦੋ ਘਰ ਉੱਧਰ ਆ। ਉਹ ਆਪਣਾ ਹੈਗਾ ਜੀ ਲਸਣ, ਜਿਹਦੀ ਤੁਹਾਨੂੰ ਵੀਡੀਓ ਪਾਈ ਸੀਗੀ। ਚਲੋ ਜੀ ਸੰਦੀਪ ਅੰਦਰ ਐਂਟਰੀ। ਚਲੋ ਚਲੋ ਚਲੋ, ਲਓ ਜੀ ਮੇਲ ਮੂਲ ਦੇਖ ਲਓ। ਇੱਧਰ ਪਾਰਟੀ ਦਾ ਲੱਗ ਗਿਆ ਟੇਬਲ ਟੂਲ, ਹੈਂ। ਅਤੇ ਢੋਲੀ ਸਾਹਿਬ ਵੀ ਆਏ ਹੋਏ ਆ। ਹੋਰ ਜੀ ਢੋਲੀ ਸਾਹਿਬ ਕੀ ਹਾਲ ਆ, ਕਾਇਮ ਸੇ ਤਾਂ? ਆ ਜੀ ਹੈਪੀ ਬਰਥਡੇ, ਇੱਥੇ ਮਨਾਉਣਾ। ਇੱਧਰ ਹਲਵਾਈ ਵੀ ਲੱਗੇ ਹੋਏ ਆ, ਸਬਜ਼ੀ ਤਿਆਰ ਹੋ ਰਹੀ ਹੈ। ਇੱਧਰ ਪਕੌੜੇ ਕੱਚੇ ਕਰਕੇ ਰੱਖੇ ਹੋਏ, ਜਦੋਂ ਪਾਰਟੀ ਸ਼ੁਰੂ ਕਰਨੀ ਆ ਤਾਂ ਫਿਰ ਗਰਮ ਕਰਕੇ ਗਰਮ ਗਰਮ ਚੱਲਣਗੇ। ਹੈ ਸਬਜ਼ੀ ਤਿਆਰ ਹੋ ਰਹੀ ਹੈ ਜੀ। ਲਓ ਜੀ ਆਹ ਦੇਖੋ, ਇਹ ਹੈ ਮੇਰਾ ਪੋਤਾ ਮਨਜਿੰਦਰ ਸਿੰਘ, ਇਹਦਾ ਹੈਗਾ ਅੱਜ ਹੈਪੀ ਵਾਲਾ ਬਰਥਡੇ, ਹੈਲੋ। ਅਤੇ ਆ ਹੈਗੀ ਉਹਦੀ ਦੀਦੀ ਵੱਡੀ ਜੋਤ, ਤੇ ਆ ਗਈ ਹੈ ਛੋਟੀ ਪ੍ਰਭ ਜੋਤ। ਰਵੀ ਕਿਵੇਂ ਆ ਪ੍ਰਭ, ਠੀਕ ਹੋ? ਹਾਏ ਹਾਏ, ਐ ਪੂਰੇ ਤਿਆਰ ਸ਼ਿਆਰ ਹੋ ਕੇ ਬੈਠੇ ਹੈ।
ਮਨਜੋਤ ਕੀ ਹਾਲ ਹੈ ਅੱਜ ਵੀਰੇ ਦਾ? ਹੈਪੀ ਬਰਥਡੇ ਆ। ਅਸੀਂ ਜਾ ਰਹੇ ਹਾਂ ਜੀ ਜਗ੍ਹਾ 'ਤੇ ਬਾਬੇ ਦੀ ਕੁੜੀਆਂ 'ਤੇ ਮੱਥਾ ਟੇਕਣ ਵਾਸਤੇ, ਅਤੇ ਉਸ ਤੋਂ ਬਾਅਦ ਫਿਰ ਜਿਹੜੀ ਬਰਥਡੇ ਪਾਰਟੀ ਸ਼ੁਰੂ ਹੋਵੇਗੀ। ਬਰਥਡੇ ਪਾਰਟੀ ਤੋਂ ਬਾਅਦ ਫਿਰ ਉਸ ਤੋਂ ਬਾਅਦ ਕੇਕ ਕੱਟਿਆ ਜਾਵੇਗਾ। ਪਹਿਲਾਂ ਆਪਾਂ ਦੇਖਦੇ ਹਾਂ, ਮੱਥਾ ਟੇਕਦੇ ਹਾਂ। ਮਾਨਾ ਕੀ ਖਾਣ ਡਿਆ? ਗੁਲਾਬ ਜਾਮਣ? ਅੱਜ ਪੋਇਮ ਨੀ ਸੁਣਾਉਣੀ? ਮੈਂ ਖਾ ਕੇ ਸੁਣਾਉਣੀ ਹੈ। ਮਨਜਿੰਦਰ ਅਤੇ ਮੰਮੀ ਪਾਪਾ ਬੈਠੇ ਅਤੇ ਜਗ੍ਹਾ ਘੱਟ ਹੈ। ਰਸ਼ ਬਹੁਤ ਹੈ। ਰਸ਼ ਬਹੁਤ ਹੈ ਅਤੇ ਰਿਸ਼ਤੇਦਾਰ ਬਹੁਤ ਇਕੱਠੇ ਹੋਏ ਆ, ਇਸ ਕਰਕੇ ਸ਼ੋਰ ਸ਼ਰਾਬਾ ਬਹੁਤ ਹੈ। ਮੋਮਬੱਤੀ ਜਗ ਪਈ, ਹਵਾ ਬਹੁਤ ਤੇਜ਼ ਹੈ ਆਪਣੇ ਆਪ ਬੋਲਣ ਦੀ। ਮਨਜਿੰਦਰ ਕੇ ਕੱਟਦਾ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਮਨਜਿੰਦਰ, ਹੈਪੀ ਬਰਥਡੇ ਟੂ ਯੂ। ਮੁਹੰਮਦ ਨੂੰ ਪੈਣ ਲੱਗ ਗਏ, ਮਨਿੰਦਰ ਨੂੰ ਪੈਣ ਲੱਗ ਗਏ ਹਾਰ ਵਾਲੇ। ਹਾਂਜੀ ਕੇ